ਹੈਲੋ ਬੱਚਿਓ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਪਿਛਲੇ ਲੈਕਚਰ ਦੇ ਵਿੱਚ ਬੱਚਿਓ ਆਪਾਂ ਭਾਰਤੀ ਸੰਖਿਆ ਪ੍ਰਣਾਲੀ ਤੇ ਅੰਤਰਰਾਸ਼ਟਰੀ ਸੰਖਿਆ ਪ੍ਰਣਾਲੀ ਬਾਰੇ ਗੱਲ ਕਰ ਚੁੱਕੇ ਹਾਂ ਤੁਸੀਂ ਇਹ ਕੈਸੋ ਉਹ ਆਪਾਂ ਐਕਸਰਸਾਈਜ਼ 1.1 ਬਾਰੇ ਗੱਲ ਕੀਤੀ ਹੈ ਤੇ ਬੱਚਿਓ ਇਸ ਲੈਕਚਰ ਦੇ ਵਿੱਚ ਆਪਾਂ ਐਕਸਰਸਾਈਜ਼ 1.2 ਅਭਿਆਸ 1.2 ਦੀ ਗੱਲ ਕਰਨ ਜਾ ਰਹੇ ਹਾਂ ਅਭਿਆਸ 1.2 ਕੀ ਹੈ ਬੱਚਿਓ ਜੋ ਵੱਡੀਆਂ ਸੰਖਿਆਵਾਂ ਨੇ ਲੱਖਾਂ ਕਰੋੜਾਂ ਦੀਆਂ ਸੰਖਿਆਵਾਂ ਨੇ ਉਹਨੂੰ ਆਪਾਂ ਆਪਣੀ ਵਿਵਹਾਰਿਕ ਜ਼ਿੰਦਗੀ ਦੇ ਵਿੱਚ ਆਮ ਜ਼ਿੰਦਗੀ ਦੇ ਵਿੱਚ ਦੈਨਿਕ ਜ਼ਿੰਦਗੀ ਦੇ ਵਿੱਚ ਕਿਵੇਂ ਵਰਤਦੇ ਆ ਆਪਾਂ ਉਸ ਦੀ ਗੱਲ ਕਰਨੀ ਹੈ ਤੇ ਉਹ ਇਹ ਕੁਝ ਐਗਜ਼ਾਮਪਲ ਆ ਤੁਹਾਡੇ ਸਾਹਮਣੇ ਪਈਆਂ ਨੇ ਕਹਿੰਦੇ ਸਾਲ 1991 ਵਿੱਚ ਸੁੰਦਮ ਨਗਰ ਦੀ ਜਨਸੰਖਿਆ ਦੇਖੋ ਚੈੱਕ ਕਰੋ ਹਜ਼ਾਰ ਤੇ ਲੱਖ ਦਾ ਗੋਮ ਆਪਾਂ ਗੱਲ ਕੀਤੀ ਸੀ 235472 ਸੀ ਤੇ 2000 ਤੱਕ ਇਸ ਵਿੱਚ 1000 ਦਾ ਕਮ ਆ ਗਿਆ ਬੱਚਿਓ 72958 ਦਾ ਵਾਦਾ ਹੋਇਆ ਵਾਦਾ ਵੱਧ ਗਈ ਸਾਲ 2001 ਵਿੱਚ ਸ਼ਹਿਰ ਦੀ ਜਨਸੰਖਿਆ ਕਿੰਨੀ ਸੀ ਤਾਂ ਬੱਚਿਓ ਜਦੋਂ ਸਟੇਟਮੈਂਟ ਆ ਜਾਂਦੀ ਹੈ ਪੂਰੀ ਰਕਮ ਆ ਜਾਂਦੀ ਹੈ ਸ਼ਬਦਾਵਲੀ ਆ ਜਾਂਦੀ ਹੈ ਕੋਈ ਉਲਝਣ ਨਹੀਂ ਲੋੜਨੀ ਸਾਰਾ ਕੁਝ ਜਿਵੇਂ ਇੱਥੇ ਹੈਗਾ ਉਹ ਉਵੇਂ ਹੀ ਲਿਖਾਂਗੇ ਦੇਖੋ 1991 ਵਿੱਚ ਜਿਵੇਂ ਇੱਥੇ ਲਿਖਿਆ ਹੋਇਆ ਧਿਆਨ ਨਾਲ साल उन्नीस सौ कानवे सुंदर नगर दनसंख्या जिमें इतने बच्चे उम्मी लिखना है? कुछ अलग नहीं लिखना कि लख पैती हज़ार चार सौ इकहत्तर ठीक है दो हज़ार तक इस वाधा हो दो हज़ार एक तक देखो जिमें लाइन आप उम्मी लिख रहे वाधा होया ਗਿਨਾ ਹੋਇਆ ਬੱਚਿਓ 72958 ਬਿਲਕੁਲ نیچے ਲਿਖਣਾ ਦੇਖੋ ਇਹ ਦੇ ਹਜ਼ਾਰ ਕਮਾ ਹਜ਼ਾਰ ਕਮਾ ਇੱਥੇ ਲੱਖ ਇੱਥੇ ਲੱਖ ਨਹੀਂ ਹੈਗਾ ਕੋਈ ਗੱਲ ਨਹੀਂ ਤਾਂ ਇਹਦੇ નીચે ਜਗ੍ਹਾ ਖਾਲੀ ਆ ਗਈ ਤਾਂ ਇਸ ਗੱਲ ਦਾ ਧਿਆਨ ਚ ਰੱਖਣਾ ਆਪਾਂ ਬਿਲਕੁਲ ਔਰ ਜਗ੍ਹਾ ਦੇ નીચે ਜਗ੍ਹਾ ਲਿਖਣੀ ਹੈ ਤਾਂ ਸਾਲ 2001 ਵਿੱਚ ਸ਼ਹਿਰ ਦੀ ਜਨਸੰਖਿਆ ਕਿੰਨੀ ਸੀ ਹਾਂ ਬੱਚਿਓ ਵਾਧਾ ਹੋਇਆ ਵਾਧੇ ਦਾ ਮਤਲਬ ਜਨਸੰਖਿਆ ਵਧ ਗਈ ਕੀ ਹੋਇਆ ਪਲੱਸ ਜਾਂ ਮਾਈਨਸ ਪਲੱਸ ਤਾਂ ਆਪਾਂ ਉਹਰੇ ਕੀ ਕਰ ਦਾਂਗੇ ਜੋੜ ਦਾਂਗੇ ਤਾਂ ਜੋੜ ਕੇ ਜੋ ਆ ਗਿਆ ਉਹ ਆ ਗਿਆ ਸਾਲ 2001 ਵਿੱਚ ਉਸ ਸ਼ਹਿਰ ਦੀ ਕਿੰਨੀ ਜਨਸੰਖਿਆ ਹੋਵੇਗੀ ਆਪਾਂ ਜੋੜਦੇ ਹਾਂ 1 ਤੇ 8 9 7 ਤੇ 5 12 2 ਹਸਲ ਆ ਗਈ 1 1 ਤੇ 4 5 5 ਤੇ 9 14 ਹਸਲ ਆ ਗਈ 1 1 ਤੇ 5 6 6 ਤੇ 2 8 3 ਤੇ 7 10 0 ਹੱਸ ਲਾਗੇ ਬੱਚੋ 1 2 3 1 3 ਤਾਂ ਸ਼ਹਿਰ ਦੀ ਜਨਸੰਖਿਆ ਕਿੰਨੀ ਹੋਣੀ ਹੈ 3 ਲੱਖ 8429 ਤਾਂ ਬੱਚੋ ਦੇਖੋ ਕੁਝ ਵੀ ਨਹੀਂ ਕੀਤਾ ਆਪਾਂ ਜਿਵੇਂ ਰਕਮ ਹੈ ਉਹਦੇ ਹਿਸਾਬ ਨਾਲ ਚੱਲ ਰਹੇ ਹਾਂ ਕੁਝ ਵੀ ਐਕਸਟਰਾ ਆਪਾਂ ਨਹੀਂ ਕਰ ਰਹੇ ਸੇਮ ਚੀਜ਼ ਆਪਾਂ ਇੱਥੇ ਦੇਖੋ ਕੀ ਕਰ ਰਹੇ ਹਾਂ ਸ਼ੇਖਰ ਇੱਕ ਮਸ਼ਹੂਰ ক্রিকেট ਖਿਡਾਰੀ ਹੈ ਠੀਕ ਉਸ ਨੇ ਟੈਸਟ ਮੈਚਾਂ ਵਿੱਚ तक सौ अस्सी रन बनाए ठीक तो यह मतलब हूं तक बिल्कुल जिमें लाइन है मोमी लिख रहा रन बनाए कि बनाया बच्चों उन्तर सौ अस्सी ओह दस हजार रन पूरे करना चाहता है रन पूरे करना चाहता है ਕਿੰਨੇ 10000 ਕਮੇ ਜ਼ਰੂਰ ਪਾਇਆ ਕਰੋ ਚਾਹੇ ਇੱਥੇ ਹੈਗਾ ਕਿ ਨਹੀਂ ਹੈਗਾ ਇਹਦਾ ਤੁਹਾਡੀ ਗਲਤੀ ਨਹੀਂ ਹੁੰਦੀ ਉਸ ਨੂੰ ਕਿੰਨੇ ਹੋਰ ਰਨ ਚਾਹੀਦੇ ਨੇ ਬੱਚਿਓ ਨੇ ਇੰਨੇ ਰਨ ਬਣਾ ਲਏ ਇੱਥੋਂ ਤੱਕ ਪਹੁੰਚਣਾ ਤਾਂ ਕੀ ਕਰਾਂਗੇ ਆਪਾਂ ਘਟਾ ਕਰਾਂਗੇ ਹੁਣ ਆਪਾਂ ਨੂੰ ਪਤਾ ਛੋਟੀ ਚੋਂ ਵੱਡੇ ਦਾ ਨਹੀਂ ਘਟਾ ਹੁੰਦਾ ਤਾਂ ਆਪਾਂ ਵੱਡੇ ਅਲੱਗ ਲਿਖ ਲਾਂਗੇ ਘਟਾ ਛੋਟੀ ਆਪਾਂ ਇਹਦੇ ਨੀਚੇ ਲਿਖ ਲਾਂਗੇ ਠੀਕ ਹੈ 0 ਚੋਂ ਗਈ 0 ਹੁਣ ਆਪਾਂ ਨੂੰ ਪਤਾ ਹੈ ਬੱਚਿਓ 0 ਚ 8 ਨਹੀਂ ਘਟਦਾ ਕਿਉਂਕਿ 0 ਛੋਟੀ ਹੈ ਤਾਂ 0 ਕੀ ਗਿਆ ਇਹਦੇ ਕੋਲੇ ਗਿਆ ਕੁਛ ਲੈਣ ਲਈ ਵੀ ਭਾਈ ਇੱਕ ਉਧਾਰ ਕੁ 10 ਕੈਰੀ ਕਰਨਾ ਨਹੀਂ ਹੋਇਆ ਇਹ ਇਹਦੇ ਕੋਲੇ ਗਿਆ ਇਹਨੇ ਦਿੱਤਾ ਇਹਨੇ ਇੱਕ ਇਹਨੂੰ ਦਿੱਤਾ ਦੋਸਤੋ ਇੱਥੇ ਆ ਗਿਆ 10 ਤਾਂ ਫਿਰ ਉਹ ਇਹਦੇ ਕੋਲ ਸੀ ਇੱਕ ਇਹਨੇ ਦੇ ਤਾਂ 9 ਇਹਦੇ ਕੋਲ ਕਿੰਨੇ ਹੋਗੇ 10 ਇਹਨੇ ਇਹਨੂੰ ਦੇਤਾ 9 ਇਹਦੇ ਕੋਲ ਬੱਚਿਓ ਕਿੰਨੇ ਹੋਗੇ 10 ਠੀਕ ਹੈ ਤਾਂ 10 ਦੇ ਵਿੱਚੋਂ 8 ਘਟਾਏ 2 9 ਦੇ ਵਿੱਚੋਂ 9 ਘਟਾਈ 0 9 ਦੇ ਵਿੱਚੋਂ 6 ਘਟਾਇਆ 3 ਤਾਂ ਇਹਦਾ ਮਤਲਬ ਸ਼ੇਖਰ ਨੂੰ 10000 ਰਨ ਪੂਰੇ ਕਰਨ ਦੇ ਲਈ ਕੀ ਚਾਹੀਦਾ ਸੀ 3000 ਦੀ ਦੋਸਤੋ ਘਟਾ ਦਾ ਧਿਆਨ ਰੱਖਣਾ ਮੈਂ ਦੁਬਾਰਾ ਇਸ ਸੀਜ਼ ਨੂੰ ਐਕਸਪਲੇਨ ਕਰਦਾ ਘਟਾ ਕਿਵੇਂ ਕਰਨਾ ਹੈ ਉਲਝਣ ਤੋਂ ਬਚਣ ਦੇ ਲਈ 0 ਚੋਂ 0 ਘਟਾਇਆ ਠੀਕ ਹੈ ਹੁਣ ਆਪਾਂ ਨੂੰ ਪਤਾ ਹੈ ਇੱਥੇ ਜ਼ੀਰੋ ਹੈ ਜ਼ੀਰੋ ਦੇ ਵਿੱਚੋਂ 8 ਨਹੀਂ ਕੱਢਦਾ ਹੈਨਾ ਤਾਂ ਕੀ ਕਰੂਗਾ ਜਿਹੜਾ ਇਹ ਬੰਦਾ ਜ਼ੀਰੋ ਵਾਲਾ ਹੋਊ ਇਹ ਸੋ ਨਹੀਂ ਕੱਢਦਾ ਇਹ ਇਸ ਕੋਲ ਗਿਆ ਤੁਸੀਂ ਲਗਾ ਕੇ ਚੱਲੋ ਉਰੇ ਆਪਣੇ ਕੋਲੇ ਪੰਜ ਦੁਕਾਨਦਾਰ ਬੈਠੇ ਨੇ ਇਹ ਇਸ ਦੇ ਕੋਲੇ ਗਿਆ ਵੀ ਮੈਨੂੰ ਇੱਕ ਉਧਾਰਾ ਦੇ ਦੇ ਤਾਂ ਕਿ ਮੈਂ 10 ਬਣ ਜਾ ਇਹਦੇ ਕੋਲ ਵੀ ਕੁਝ ਨਹੀਂ ਸੀ ਇਹ ਇਹਦੇ ਕੋਲੇ ਗਿਆ ਕਿ ਮੈਨੂੰ ਇੱਕ ਉਧਾਰਾ ਦੇ ਦੇ ਮੈਂ ਨਾਲ ਵਾਲੇ ਬੰਦੇ ਨੂੰ ਇੱਕ ਦੇਣਾ ਪਰ ਨਹੀਂ ਇਹ ਇਹਦੇ ਕੋਲੇ ਗਿਆ ਤਾਂ ਫਿਰ ਕੀ ਕੀਤਾ ਇਹਦੇ ਕੋਲ ਇੱਕ ਸੀ ਇਹਨੇ ਇਹਨੂੰ ਦੇਤਾ ਇਹ ਹੋ ਗਿਆ 10 ਇਹਦੇ ਕੋਲੇ ਆ ਬੈਠਾ ਸੀ ਇਹਨੇ ਇਹਨੂੰ ਦਿੱਤਾ ਇੱਕ ਆਵਦੋ ਇਹਦੇ ਹੋ ਗਿਆ 10 ਇਹਦੀ ਦੁਕਾਨ ਤੇ ਆ ਬੈਠਾ ਸੀ ਇਹਨੇ ਇਹਨੂੰ ਦਿੱਤਾ ਇਹ ਹੋ ਗਿਆ 10 ਇਹ ਹੋ ਗਿਆ 9 ਤਾਂ ਇਹਦਾ ਆ ਸਿਸਟਮ ਹੁੰਦਾ ਹੈ ਘਟਾਣ ਉੱਤੇ ਧਿਆਨ ਦੇ ਵਿੱਚ ਰੱਖਣ ਦੇ ਲਈ ਨਾਲੇ ਇੱਕ ਐਕਟੀਵਿਟੀ ਹੋ ਗਈ ਨਾਲੇ ਘਟਾ ਦਾ ਘਟਾ ਹੋ ਗਿਆ ਤਾਂ ਹੁਣ ਦੇਖੋ ਆਪਾਂ ਘਟਾਇਆ 10 ਚੋਂ 8 2 9 ਚੋਂ 9 ਗਈ 0 9 ਚੋਂ 6 ਗਿਆ 3 ਤਾਂ ਐਸੀ ਆਪਣੀਆਂ ਦੋ ਉਦਾਹਰਨਾਂ ਜਿਸ ਤੇ ਆਪਾਂ ਗੱਲ ਕਰ ਰਹੇ ਸੀ ਹੁਣ ਆਪਾਂ ਅਗਲੀ ਉਦਾਹਰਨ ਤੇ ਗੱਲ ਕਰਦੇ ਹਾਂ ਹੁਣ ਬੱਚਿਓ ਆਪਾਂ ਜੋ ਗੱਲ ਕਰ ਰਹੇ ਆ ਆਪਾਂ ਅਗਲੀ ਉਦਾਹਰਨ ਤੇ ਗੱਲ ਕਰ ਰਹੇ ਆ ਇੱਕ ਕੁਝ ਕੁ ਉਦਾਹਰਨਾਂ ਕੁਝ ਕੁ ਤੁਹਾਡੀ ਇਕਾਈ ਦੇ ਕੁਸ਼ਣ ਨੇ ਮਿਕਸ ਨੇ ਆਪਣੇ ਕੋਲੇ ਤਾਂ ਕੀ ਕਹਿ ਰਹੇ ਆ ਸ਼ਹਿਰ ਦਾ ਅਖਬਾਰ ਹਰ ਰੋਜ਼ ਸ਼ਬਦਾ ਹੈ ਇੱਕ ਕਾਪੀ ਦੇ 12 ਪੰਨੇ ਹਨ ਤਾਂ ਪਹਿਲੀ ਲਾਈਨ ਆ ਗਈ ਠੀਕ ਤਾਂ ਬੱਚਿਓ ਫਿਰ ਉਹ ਜਿਵੇਂ ਮੈਂ ਤੁਹਾਨੂੰ ਕਿਹਾ ਲਾਈਨ ਲਿਖੀ ਹੋਈ ਹੈ ਇੱਕ ਕਾਪੀ ਦੇ ਪੰਨੇ ਕਿੰਨੇ ਦੇਤੇ 12 ਹਰ ਰੋਜ਼ 11980 ਕਾਪੀਆਂ ਛਾਪਦੀਆਂ ਨੇ ਤਾਂ ਹਰ ਰੋਜ਼ ਕੁੱਲ ਕਿੰਨੇ ਪੰਨੇ ਛਪਨਗੇ ਹੁਣ ਇੱਕ ਕਾਪੀ ਦੇ ਕਿੰਨੇ ਪੰਨੇ ਹੋਗੇ ਬੱਚਿਓ 12 ਕਾਪੀਆਂ ਜਿੰਨੀਆਂ ਪ੍ਰਿੰਟ ਹੁੰਦੀਆਂ ਨੇ ਪ੍ਰਿੰਟ ਕਾਪੀਆਂ ਦੀ ਗਿਣਤੀ 11980 ਤਾਂ ਇਹਦਾ ਮਤਲਬ ਇੱਕ ਕਾਪੀ ਚ 12 ਪੰਨੇ ਆ ਤੇ ਕਾਪੀਆਂ ਇੰਨੀਆਂ ਨੇ ਤਾਂ ਉਹ ਕੀ ਕਹਿ ਰਹੇ ਨੇ ਕੁੱਲ ਕਿੰਨੇ ਪੰਨੇ ਛਾਪਦੇ ਹਨ ਤਾਂ ਰੋਜ਼ ਕੁੱਲ ਪੰਨਿਆਂ ਦੀ ਗਿਣਤੀ ਜਿਹੜੇ ਛਾਪਦੇ ਨੇ ਤਾਂ ਦੇਖੋ ਬੱਚਿਓ ਕੀ ਕਰਾਂਗੇ ਸੋਚ ਕੇ ਦੇਖੋ ਤੁਸੀਂ ਬਾਜ਼ਾਰ ਚੋਂ ਕਾਪੀ ਲੈ ਕੇ ਆਏ ਉਸ ਇੱਕ ਕਾਪੀ ਦੇ 80 ਪੇਜ ਨੇ ਤੁਸੀਂ 10 ਕਾਪੀਆਂ ਖਰੀਦੀਆਂ ਤਾਂ 80 ਪੇਜ ਨੇ 10 ਕਾਪੀਆਂ ਖਰੀਦੀਆਂ ਨੇ ਟੋਟਲ ਕਿੰਨੇ ਪੇਜ ਹੋਣਗੇ ਆਪਾਂ ਕੀ ਕਰਾਂਗੇ ਬੱਚਿਓ ਗੁਣਾ ਕਰਾਂਗੇ ਯੈਸ ਤਾਂ ਆਪਾਂ ਕੀ ਕੀਤੀ ਬੱਚਿਓ 11980 ਦੀ 12 ਦੇ ਨਾਲ ਕੀ ਕਰਾਂਗੇ ਗੁਣਾ ਕਰਾਂਗੇ ਕਿਵੇਂ ਕਰਦੇ ਹੁੰਦੇ ਆ 2 ਦੀ ਜ਼ੀਰੋ ਨਾਲ ਗੁਣਾ ਕੀਤੀ 200 8 ਦੋਨੇ 16 6 ਹਸਲ ਇੱਕ 9 ਦੋਨੇ 18 ਤੇ 1 19 ਹਸਲ ਇੱਕ 2 1 2 2 ਤੇ 1 3 2 1 2 ਐਥੇ 0 1 ਦੀ 0 ਨਾਲ ਕਿਤੇ ਬੱਚਿਓ 1 1 ਦੀ 8 ਨਾਲ ਕਿਤੇ 8 1 ਦੀ 9 ਨਾਲ ਕਿਤੇ 9 1 ਦੀ 1 ਨਾਲ ਕਿਤੇ 1 1 ਦੀ 1 ਨਾਲ ਕਿਤੇ 1 ਇਹਨੂੰ ਜੋੜ ਕੀਤਾ 0 6 9 ਤੇ 8 17 ਹਸ ਲਿਖ 1 ਤੇ 3 4 4 ਤੇ ਨੂੰ 13 ਹਸ ਲਿਖ 1 2 1 4 1 ਤਾਂ ਬੱਚਿਓ ਆਪਣੇ ਕੋਲ ਕੀ ਆ ਗਿਆ ਦੇਖੋ 143765 ਇੱਥੇ ਇੰਟਰਸਟਿੰਗ ਗੱਲ ਬੱਚਿਓ ਹੋਰ ਦੱਸਦਾ ਗੁਣਾ ਕਰਨ ਦਾ ਇੱਕ ਸੌਖਾ ਤਰੀਕਾ ਵੀ ਦੱਸਦਾ ਅਗਰ ਤੁਸੀਂ ਗੁਣਾ ਕਰ ਸਕਦੇ ਹੋ ਇਹਦੇ ਵਿੱਚੋਂ ਤਾਂ ਜੇ ਤੁਹਾਨੂੰ ਦੇਖੋ ਇੱਥੇ ਬੱਚਿਓ ਆਪਾਂ ਕੀ ਕੀਤਾ ਆਪਾਂ ਪਹਿਲਾਂ ਦੋਨਾਂ ਕੀਤਾ ਫਿਰ ਆਪਾਂ ਇੱਕ ਨਾਲ ਕੀਤਾ ਪਰ ਜੇ ਬੱਚਿਓ ਆਪ ਕੋ ਨੂੰ ਸਿੱਧਾ 12 ਦਾ ਪਹਾੜਾ ਆਉਂਦਾ ਹੈ 12 ਦਾ ਤਾਂ ਆਪਾਂ ਨੂੰ ਸਿੱਧਾ ਵੀ ਹੱਲ ਕਰ ਸਕਦੇ ਹਾਂ ਕਿਵੇਂ 12 ਦੀ ਜ਼ੀਰੋ ਨਾਲ ਗੁਣਾ ਕੀਤੀ ਜ਼ੀਰੋ 12 8 ਹੈ 96 6 ਹਸਲ ਆ ਗਈ 9 12 ਨਾ 108 108 ਤੇ 9 117 ਹਸਲ ਆ ਗਈ 11 12 1 12 12 ਤੇ 11 ਬੱਚਿਓ 23 3 ਹਸਲ ਆ ਗਿਆ 2 12 1 12 12 ਤੇ 2 14 ਚੈੱਕ ਕਰਕੇ ਦੇਖੋ ਬੱਚਿਓ ਤਾਂ ਜਿਹੜੇ ਬੱਚੇ ਨੂੰ 12 ਦਾ ਪਹਾੜਾ ਆਉਂਦਾ ਉਹ ਸਿੱਧਾ ਵੀ ਇਹਨੂੰ ਹੱਲ ਕਰ ਸਕਦਾ ਤੇ ਮੈਨੂੰ ਉਮੀਦ ਹੈ ਆਪਾਂ ਤੁਹਾਨੂੰ ਸਾਰਿਆਂ ਨੂੰ 12 ਦੇ ਪਹਾੜੇ ਆਂਦੇ ਨੇ ਤਾਂ ਤੁਹਾਡੇ ਗੁਨਾ ਬਹੁਤ ਸੌਖੇ ਬਣ ਚੋਗੇ ਠੀਕ ਹੁਣ ਬੱਚਿਓ ਆਪਾਂ ਅਗਲੇ ਕੁਐਸਚਨ ਤੇ ਆ ਰਹੇ ਹਾਂ ਇੱਕ ਮਸ਼ੀਨ ਔਸਤ 2825 ਪੇਜ ਇੱਕ ਦਿਨ ਵਿੱਚ ਬਣਾਉਂਦੀ ਹੈ ਇੱਕ ਦਿਨ ਵਿੱਚ ਬੱਚਿਓ ਕਿੰਨੇ ਪੇਜ ਬਣਾਉਂਦੀ ਹੈ 2825 ਇੱਕ ਦਿਨ ਵਿੱਚ ਪੇਜ ਕਿੰਨੇ ਬੰਦੇ ਆ 2825 ਤਾਂ ਜਨਵਰੀ 2006 ਵਿੱਚ ਕਿੰਨੇ ਪੇਜ ਬਣਾਏਗੀ ਆਪਾਂ ਨੂੰ ਪਤਾ ਹੈ ਜਨਵਰੀ ਵਿੱਚ ਕਿੰਨੇ ਦਿਨ ਹੁੰਦੇ ਨੇ ਬੱਚਿਓ 31 ਦਿਨ 31 ਦਿਨ ਹੁੰਦੇ ਹਨ ਤਾਂ ਇਹਦਾ ਮਤਲਬ 31 ਦਿਨਾਂ ਵਿੱਚ ਕੁੱਲ ਕਿੰਨੇ ਪੇਜ ਬਣਨਗੇ 2825 ਦੀ 31 ਦੇ ਨਾਲ ਕੀ ਹੋਗੀ ਬੱਚਿਓ ਗੁਣਾ 1 5 5 1 2 2 1 8 8 1 2 2 0 5 3 15 5 ਹਸਲ ਲਿਖ 3 2 6 6 ਤੇ 1 7 8 3 24 ਹਸਲ 2 3 2 6 ਤੇ 2 8 5 2 ਤੇ 5 7 8 ਤੇ 7 15 1 3 ਤੇ 4 7 8 ਤਾਂ ਇਹਦਾ ਮਤਲਬ ਬੱਚਿਓ ਕੁੱਲ ਕਿੰਨੇ ਪੇਚ ਬਣਨਗੇ 87000 575 पेज ਤਾਂ ਬੱਚੇ ਕੁਐਸਚਨ ਕੀ ਹੈ ਇੱਕ ਵਪਾਰੀ ਕੋਲੇ 78592 ਰੁਪਏ ਸਨ ਉਸਨੇ 1200 ਰੁਪਏ ਪ੍ਰਤੀ ਰੇਡੀਓ ਸੈੱਟ ਦੇ ਰੇਟ ਨਾਲ 40 ਰੇਡੀਓ ਸੈੱਟ ਖਰੀਦਣ ਦਾ ਆਰਡਰ ਕੀਤਾ ਪ੍ਰਤੀ ਰੇਡੀਓ ਸੈੱਟ 12 ਸੇ ਬੱਚਿਓ ਤੇ ਕੁੱਲ ਕਿੰਨੇ ਰੇਡੀਓ ਸੈੱਟ ਉਹਨੇ ਖਰੀਦੇ ਬੱਚੇ 40 ਤਾਂ ਕੁੱਲ ਕਿੰਨੇ ਰੁਪਏ ਬਚੇ ਤਾਂ ਸਭ ਤੋਂ ਪਹਿਲਾਂ ਦੇਖੋ ਉਹਨੇ ਕੀ ਕੀਤਾ ਉਹ ਦੇਖੋਨੇ ਕੀ ਸੀ ਪਹਿਲੀ ਲਾਈਨ ਕੀ ਕਹ ਰਹੀ ਹੈ ਕੁੱਲ ਰੁਪਏ ਤਾਂ ਕੁੱਲ ਰੁਪਏ ਹੈ ਬੱਚਿਓ ਉਹਦੇ ਕੋਲ ਕਿੰਨੇ ਸੀ 78592 ਠੀਕ ਹੈ ਤਾਂ ਆਰਡਰ ਦਿੱਤਾ ਉਹਨੇ ਰੁਪਏ 1200 ਪ੍ਰਤੀ ਰੇਡੀਓ ਸੈਟ ਪ੍ਰਤੀ ਰੇਡੀਓ ਸੈਟ ਦਾ ਮਤਲਬ ਬੱਚਿਓ ਇੱਕ ਰੇਡੀਓ ਸੈਟ ਦਾ ਜਿਹੜਾ ਮੁੱਲ ਹੈ ਕਿੰਨਾ ਹੋ ਗਿਆ 1200 ਤੇ ਕੁੱਲ ਕਿੰਨੇ ਖਰੀਦੇ ਨੇ ਉਹਨੇ 40 ਕਿੰਨੇ ਦਾ ਆਰਡਰ ਦਿੱਤਾ ਹੈ 40 ਦਾ ਤਾਂ 40 ਰੇਡੀਓ ਸੈਟਾਂ ਦਾ ਮੁੱਲ ਦਾ ਕੀ ਹੋਊ ਬੱਚਿਓ 40 ਨਾਲ ਆਪਾਂ ਇੱਥੇ ਕੀ ਕਰਦਾਂਗੇ ਗੁਣਾ ਤੇ ਸੌਖਾ ਬਣਾਉਣ ਲਈ ਦੇਖੋ ਇੱਕ ਵਾਰ ਜ਼ੀਰੋਆਂ ਛੱਡ ਦੋ 12 ਚੌਕੇ 48 ਤੇ ਟੋਟਲ ਦੋ ਜ਼ੀਰੋ ਇੱਥੇ ਇੱਕ ਇੱਥੇ ਹੈ ਤਿੰਨ ਜ਼ੀਰੋ ਆ ਗਈਆਂ ਤਾਂ ਇਹਦਾ ਮਤਲਬ ਬੱਚਿਓ ਕੀ ਹੈ ਜਿਹੜਾ ਰੇਡੀਓ ਸੈਟ ਹੈ ਜਦੋਂ ਉਹਨੇ 40 ਰੇਡੀਓ ਸੈਟ ਦਾ ਆਰਡਰ ਦਿੱਤਾ ਤਾਂ ਉਹਨੂੰ ਕਿੰਨੇ ਰੁਪਏ ਦੇਣੇ ਪੈਣਗੇ 48000 ਰੁਪਏ ਅਸਲ ਦੇ ਵਿੱਚ ਬੱਚੇ ਉਹਦੇ ਕੋਲ ਕਿੰਨੇ ਰੁਪਏ ਸੀ 78592 ਤਾਂ ਉਹਦੇ ਕੋਲੇ ਫਿਰ ਬੱਚੇ ਕਿੰਨੇ ਰੁਪਏ ਬਚਣਗੇ ਬਚੇ ਹੋਏ ਰੁਪਏ ਕਿੰਨੇ ਰੁਪਏ ਬਚਣਗੇ ਇੰਨੇ ਉਹਦੀ ਜੇਬ 'ਚ ਸੀ 78592 48000 ਦੇ ਨੇ ਰੇਡੀਓ ਲੈ ਲੇ ਆਰਡਰ ਦਿੱਤਾ ਤਾਂ ਜੋ ਪਿੱਛੇ ਬਚ ਗਿਆ ਘਟਾ ਕਰਕੇ ਉਹ ਆਪਣੇ ਕੋਲ ਕੀ ਆ ਜਾਣਾ ਹੈ ਆਨਸਰ ਆ ਜਾਣਾ ਹੈ 2 ਚੋਂ 0 ਘਟਾਈ 2 9 ਚੋਂ 0 ਘਟਾਈ 9 5 ਚੋਂ 0 ਘਟਾਈ 5 8 ਚੋਂ 8 ਘਟਾਇਆ 0 7 ਚੋਂ 4 ਘਟਾਇਆ 3 ਤਾਂ ਇਹਦਾ ਮਤਲਬ ਉਸ ਵਪਾਰੀ ਕੋਲੇ ਬੱਚਿਓ ਕਿੰਨੇ ਰੁਪਏ ਬਚਣਗੇ 30592 ਰੁਪਏ ਮੈਂ ਅਗਲੇ ਕੁਐਸਚਨ ਤੇ ਆ ਰਹੇ ਹਾਂ ਬੱਚਿਓ ਕਹਿੰਦੇ ਇੱਕ ਕਮੀਜ਼ ਸਿਉਣ ਲਈ 2 ਮੀਟਰ 15 ਸੈਂਟੀਮੀਟਰ ਦਾ ਕੱਪੜਾ ਚਾਹੀਦਾ ਹੈ ਤਾਂ ਇਹਦਾ ਮਤਲਬ ਇੱਕ ਕਮੀਜ਼ ਲਈ ਲੋੜਿੰਦਾ ਕੱਪੜਾ 2 ਮੀਟਰ 15 ਸੈਂਟੀਮੀਟਰ ਤੇ ਬੱਚਿਓ ਕੁਸ਼ਣ ਨੂੰ ਸੌਖਾ ਬਣਾਉਣ ਲਈ ਕੀ ਕਰਾਂਗੇ ਆਪਾਂ ਆਪਾਂ ਨੂੰ ਸੈਂਟੀਮੀਟਰ ਚ ਬਦਲ ਦਾਂਗੇ ਤੇ ਆਪਾਂ ਜਾਣਦੇ ਆਂ एक मीटर किन्ने सेंटीमीटर होंगे है सौ सेंटीमीटर होंगे है तो दो मीटर हो गए दो सौ सेंटीमीटर प्लस पंद्रह सेंटीमीटर बच्चे आ रहे तो अपने को कोने सेंटीमीटर हो गए दो गुना सौ दो सौ पंद्रह बच्चे आ रहे तो बच्चों अपने को सौ पंद्रह सेंटीमीटर कपड़ा चाहिए एक कमीज के लिए लेकिन 40 ਮੀਟਰ ਕਪੜਾ ਆਪਣੇ ਕੋਲੇ ਕੁੱਲ ਹੈ ਕਹਿੰਦੇ 40 ਮੀਟਰ ਕਪੜੇ ਵਿੱਚ ਕਿੰਨੀਆਂ ਕਮੀਜ਼ਾਂ ਬਣਾਈਆਂ ਜਾ ਸਕਦੀਆਂ ਹਨ ਤਾਂ ਬੱਚਿਓ ਕੁੱਲ ਕਪੜਾ ਆਪਣੇ ਕੋਲੇ ਕਿੰਨੇ 40 ਮੀਟਰ ਤੇ ਮੀਟਰ ਨੂੰ ਆਪਾਂ ਕੀ ਕਰਾਂਗੇ ਸੈਂਟੀਮੀਟਰਸ ਬਦਲ ਦਾਂਗੇ ਹੁਣ 1 ਮੀਟਰ ਦੇ ਵਿੱਚ ਬੱਚਿਓ ਕਿੰਨੇ ਸੈਂਟੀਮੀਟਰ ਹੁੰਦੇ ਆ 100 ਤਾਂ 40 ਦੇ ਵਿੱਚ ਕਿੰਨਾ ਹੋ ਗਿਆ 4000 ਸੈਂਟੀਮੀਟਰ ਹੁਣ ਬੱਚਿਓ ਆਪਾਂ ਕੀ ਪਤਾ ਕਰਨੀ ਹੈ ਕਿੰਨੀਆਂ ਕਮੀਜ਼ਾਂ ਕਮੀਜ਼ਾਂ ਦੀ ਗਿਣਤੀ ਅਸਲਜ ਬੱਚੋ ਜਿਹੜੀ ਗੱਲ ਆਪਾਂ ਪਤਾ ਕਰਨੀ ਹੈ ਤਾਂ ਇਹਦੇ ਲਈ ਆਪਣੇ ਕੋਲ ਕੀ ਹੈ ਦੇਖੋ ਕੁੱਲ ਕਪੜਾ 4000 ਸੈਂਟੀਮੀਟਰ ਇੱਕ ਕਮੀਜ਼ ਲਈ ਕਿੰਨਾ ਕਪੜਾ ਵਰਤਿਆ ਜਾਊਗਾ 215 ਤਾਂ ਬੱਚੋ ਕਮੀਜ਼ਾਂ ਦੀ ਗਿਣਤੀ ਪਤਾ ਕਰਨੀ ਹੈ ਉਹਦੇ ਲਈ ਆਪਾਂ ਕੀ ਕਰਾਂਗੇ ਇਹਨਾਂ ਦੀ ਵੰਡ ਕਰਾਂਗੇ ਤਾਂ 215 ਨੂੰ ਬੱਚਿਓ ਆਪਾਂ ਕੀ ਕਰਾਂਗੇ 4000 ਦੇ ਨਾਲ ਵੰਡ ਕਰਾਂਗੇ ਵੰਡ ਕਰਤੀ ਜਾਵੇ 215 ਨੂੰ 4000 ਦੇ ਨਾਲ ਵੰਡਿਆ 215 ਇਕਮ 215 ਮਾਈਨਸ 0 45 ਨਹੀਂ ਮਾਈਨਸ ਹੁੰਦਾ ਆਪਾਂ ਘਟਾਵਾਰੇ ਗੱਲ ਕੀਤੀ ਹੋਈ ਹੈ ਤਾਂ ਇਹ ਬੱਚੇ ਉਹਦੇ ਕੋਲੇ ਗਿਆ ਊਰੇ ਕਿੰਨੇ ਹੋ ਗਏ ਕੁਝ ਵੀ ਨਹੀਂ ਇਹ ਦੇ ਕੋਲੇ ਗਿਆ ਊਰੇ ਹੋ ਗਏ 3 ਇਹਨੇ ਇੱਕ ਦਿੱਤਾ ਊਰੇ 10 ਨੇ ਇਹਨੇ ਇੱਕ ਇਹਨੂੰ ਦੇਤਾ ਬੱਚਿਓ 9 ਇੱਥੇ ਕਿੰਨਾ ਹੋ ਗਿਆ 10 ਤਾਂ 10 ਚੋਂ 5 ਗਏ 5 9 ਚੋਂ 1 ਗਿਆ ਅੱਠ 3 ਚ 2 ਹੋ ਗਿਆ 1 ਹੁਣ 215 ਦੇ ਬੱਚਿਓ ਕਿੰਨੇ ਨਾਲ ਗੁਣਾ ਕਰੀਏ ਕਿ 1850 ਆਵੇ ਜਾਂ ਉਸ ਤੋਂ ਘੱਟ ਸੰਖਿਆ ਆਵੇ ਇਹਦੇ ਇੱਕ ਤਰੀਕਾ ਦੱਸਦਾ ਮੈਂ ਤੁਹਾਨੂੰ ਬੱਚਿਓ ਥੋੜਾ ਦਾ ਆਈਡੀਆ ਹੁਣ ਤਾਂ ਆਪਾਂ ਨੂੰ ਇਕੱਲਾ ਇਕੱਲਾ ਚੈੱਕ ਕਰਨਾ ਪਊਗਾ ਨਹੀਂ ਨਾ ਤੁਸੀਂ ਇਹਨੂੰ ਦੇਖੋ ਦੋਨੋਂ ਉਰੇ ਦਾ ਸ਼ੁਰੂ ਚ ਦੇਖੋ ਕਿਉਂਕਿ ਇੱਕ ਤਾਂ ਵੰਡਿਆ ਨਹੀਂ ਜਾਂਦਾ ਇੱਥੇ 2 ਹੈ ਬੱਚਿਓ ਇੱਥੇ ਕੀ ਹੈ 18 ਹੈ ਹੈਨਾ ਤਾਂ 2 ਦਾ ਪਹਾੜਾ 18 ਤੱਕ ਪੜ੍ਹ ਕੇ ਦੇਖੋ 9 2 18 ਤਾਂ ਇਹਦਾ ਮਤਲਬ ਜਿਹੜੀ ਇਹ ਸੰਖਿਆ ਹੈ ਇਹ 9 ਜਾਂ 8 ਉਸ ਤੋਂ ਇੱਕ ਘੱਟ ਉਹਦੇ ਨੇੜੇ-ਤੇੜੇ ਜਾਊਗੀ ਆਪਾਂ ਚੈੱਕ ਕਰਦੇ ਹਾਂ ਬੱਚਿਓ 215 ਨੂੰ 8 ਨਾਲ ਵੰਡਿਆ ਗੁਣਾ ਕੀਤੀ 8 5 40 4 1 ਕਿੰਨਾ ਆ ਗਿਆ 1720 ਜੇ ਆਪਾਂ ਬੱਚਿਓ 9 ਨਾਲ ਚੈੱਕ ਕਰਾਂਗੇ 9545491941311819 ਦੇਖੋ ਧਿਆਨ ਨਾਲ ਤਾਂ ਇੱਕ ਤਰੀਕਾ ਹੁੰਦਾ ਕੱਲੇ ਕੱਲੇ ਲੋੜ ਨਹੀਂ ਹੁੰਦੀ ਬੱਚਿਓ ਸਿਰਫ ਪਹਿਲਾ ਤੇਥੋਂ ਪਹਿਲਾਂ ਤੇ ਦੂਸਰਾ ਦੇਖਲਾ ਕਰੋ ਤਾਂ ਦੇਖੋ ਇਹ ਕਿੰਨੇ ਤੇ ਗਿਆ ਆਪਣੇ ਕੋਲੇ 8 ਤੇ ਗਿਆ ਕਿੰਨਾ ਆ ਗਿਆ 1720 ਹੁਣ ਇਹਨੂੰ ਘਟਾ ਕੀਤਾ 0 5 ਚੋਂ 2 ਗਏ 3 1 ਤਾਂ ਇਹਦਾ ਮਤਲਬ ਕੀ ਹੋ ਗਿਆ ਬੱਚਿਓ ਜਦੋਂ ਆਪਾਂ ਇਹਨੂੰ ਵੰਡੇ ਪੂਰਾ ਨਹੀਂ ਵੰਡਿਆ ਜਾਂਦਾ ਤਾਂ ਆਪਣੇ ਕੋਲ ਕੀ ਆ ਗਿਆ अठारह तक कमीजा पूरिया तैयार हो सब तो पहला है ना कि कपड़ा बच गया जिन्ना उड़े बाकी है एक सौ ती सेंटीमीटर कपड़ा वो की है बचे बाकी बचे तो अपने दोनों क्वेश्चन का आंसर आ गया जिन्ना तो वह वंडिया गया वह हो गया कमीजा कि कमीजा हो गई बच्चे अपने को अठारह तो कि बाकी आ गया एक सौ 30 सेंटीमीटर ਤਾਂ ਇਹ ਸੀ ਆਪਣਾ ਕੁਐਸਚਨ ਹੁਣ ਆਪਾਂ ਬੱਚਿਓ ਅਗਲੇ ਉਦਾਹਰਨ ਦੀ ਗੱਲ ਕਰਦੇ ਆਂ ਬੱਚਾ ਹੁਣ ਆਪਾਂ ਅਗਲੇ ਉਦਾਹਰਨ ਦੇ ਰੂਪ ਚ ਤੇ ਇੱਕ ਕੁਐਸਚਨ ਹੋਰ ਲੈ ਕੇ ਚੱਲ ਰਹੇ ਹਾਂ ਇਹ ਕਾਇਦਾ ਤਾਂ ਆਪਾਂ ਉਰੇ 11ਵੇਂ ਕੁਐਸਚਨ ਦੀ ਗੱਲ ਕਰ ਰਹੇ ਆਂ ਕੁਐਸਚਨ ਕੀ ਹੈ ਬੱਚਿਓ ਇੱਕ ਵਿਦਿਆਰਥੀ ਦੇ ਘਰ ਅਤੇ ਸਕੂਲ ਦੀ ਦੂਰੀ 1 ਕਿਲੋਮੀਟਰ 8.75 ਮੀਟਰ ਹੈ ਮਤਲਬ ਕੀ ਹੈ ਬੱਚਿਓ ਸਕੂਲ ਤੋਂ ਘਰ ਮੰਨੋ ਇੱਥੇ ਇੱਕ ਵਾਰ ਦੀ ਜਿਹੜੀ ਦੂਰੀ ਹੈ 1 ਕਿਲੋਮੀਟਰ 875 ਮੀਟਰ ਹੈ ਆਪਸ ਚ ਦੂਰੀ ਉਹ ਹਰ ਰੋਜ਼ ਇਹ ਦੂਰੀ ਦੋ ਵਾਰ ਤੈਅ ਕਰਦਾ ਹੈ ਇੱਕ ਵਾਰ ਘਰ ਤੋਂ ਸਕੂਲ ਆਇਆ ਇੱਕ ਵਾਰ ਸਕੂਲ ਤੋਂ ਘਰ ਆਇਆ ਦੋ ਬਾਰ ਬੱਚੋ ਨੇ ਦੂਰੀ ਤੈਅ ਕੀਤੀ 6 ਦਿਨਾਂ ਵਿੱਚ ਉਹ ਕੁੱਲ ਕਿੰਨੀ ਦੂਰੀ ਤੈਅ ਕਰੇਗਾ ਹਾਂ ਬੱਚੋ ਫਿਰ ਕਿਵੇਂ ਕਰਾਂਗੇ ਆਪਾਂ ਦੇਖੋ ਇਹਨੂੰ ਤਾਂ ਆਪਾਂ ਕੀ ਕਰ ਰਹੇ ਹਾਂ ਸਕੂਲ ਤੋਂ ਘਰ ਦੀ ਦੂਰੀ ਆਹੀ ਕਿਹਾ ਨਾ ਪੰਦੇ ਕੋ ਪਹਿਲੀ ਲਾਈਨ 'ਚ 1 ਕਿਲੋਮੀਟਰ 875 ਮੀਟਰ ਤੇ ਬੱਚਿਓ ਆਪਾਂ ਨੂੰ ਪਤਾ ਹੈ 1 ਕਿਲੋਮੀਟਰ ਦੇ ਵਿੱਚ 1000 ਮੀਟਰ ਹੁੰਦੇ ਨੇ 1000 ਮੀਟਰ ਹੁੰਦੇ ਨੇ ਤਾਂ ਹੁਣ ਇੱਥੇ ਦੇਖੋ 1 ਕਿਲੋਮੀਟਰ 1000 ਮੀਟਰ 875 ਮੀਟਰ ਬੱਚਿਓ ਆ ਰਹੇ ਤਾਂ ਜਦੋਂ ਆਪਾਂ ਜੋੜਿਆ ਆਪਣੇ ਕੋਲੇ ਕਿੰਨੇ ਮੀਟਰ ਆ ਗਿਆ 1875 ਮੀਟਰ ਦੀ ਬੱਚਿਓ ਕੀ ਆ ਗਈ ਦੂਰੀ ਆ ਗਈ ਹੁਣ ਇਹ ਤਾਂ ਹੋ ਗਈ ਇੱਕ ਵਾਰ ਦੀ ਉਹ ਬੱਚਾ ਸਵੇਰ ਉੱਠਿਆ ਘਰ ਤੋਂ ਸਕੂਲ ਗਿਆ ਹੁਣ ਉਹ ਵਾਪਿਸ ਵੀ ਆਇਆ ਤਾਂ ਇੱਕ ਦਿਨ ਵਿੱਚ ਬੱਚੇ ਨੇ ਦੂਰੀ ਕਿੰਨੇ ਵਾਰ ਤੈਅ ਕੀਤੀ ਹੈ ਦੋ ਵਾਰ ਇੱਕ ਦਿਨ ਵਿੱਚ ਤੈਅ ਕੀਤੀ ਦੂਰੀ 1875 ਗੁਣਾ 2 ਗੁਣਾ ਕਰਾਂਗੇ 5 ਦੂਨੀ 10 ਜ਼ੀਰੋ ਹਸਲ ਇੱਕ 7 ਦੂਨੀ 14 ਤੇ 1 15 ਪੰਜ ਹਸਲ ਇੱਕ 8 ਦੂਨੀ 16 ਤੇ 1 17 ਸੱਤ ਹਸਲ ਇੱਕ 2 ਇਕਮ 2 ਤੇ 1 ਤਿੰਨ 3750 ਮੀਟਰ 3750 ਮੀਟਰ ਹੁਣ ਆਪਾਂ ਕੀ ਪਤਾ ਕਰਨਾ ਹੈ 6 ਦਿਨਾਂ ਵਿੱਚ ਤੈਅ ਕੀਤੀ ਦੂਰੀ ਤਾਂ 6 ਦਿਨਾਂ ਵਿੱਚ ਤੈਅ दूरी बराबर है सैती सौ पुना छा कर छे न गुना करा छीरो जीरो छे ती जीरो हसल तीन छे सात आ बयाली तीन पताली हसल चार छे ती अठार अठारह तार बी बई हजार पांच सौ मीटर ਜੋ ਉਸਨੇ ਕੁੱਲ ਦੂਰੀ 6 ਦਿਨਾਂ ਦੇ ਵਿੱਚ ਤੈਅ ਕੀਤੀ 22500 ਮੀਟਰ ਹੁਣ ਅਗਲੇ ਕੁਐਸਚਨ ਤੇ ਆਪਾਂ ਗੱਲ ਕਰਦੇ ਹਾਂ ਜੋ ਅਗਲਾ ਕੁਐਸਚਨ ਹੈ ਇੱਕ ਬਰਤਨ ਵਿੱਚ 4 ਲੀਟਰ 500 ਮਿਲੀਲੀਟਰ ਦਹੀਂ ਹੈ ਹੱਲ ਬਰਤਨ ਵਿੱਚ ਕੁੱਲ ਦਹੀਂ ਕਿਹਦੇ ਬਰਾਬਰ ਹੈ चार लीटर पांच सौ मिली लीटर इस करा मीटर लीटर च बदलों मिली लीटर आप पता है, एक लीटर हज़ार मिली लीटर होंगे ने तो अपने को चार लीटर चार लीटर फिर कि हो गया चार हज़ार मिली लीटर प्लस पांच सौ पताली सौ मिली लीटर अपने कोल की हो गया बर्तन कुल दही हम करना है पच्ची मिटर वाली समर्था वाले किन्ने गलास भरे जा सकते हैं तो यह मतलब एक गिलास की मात्रा या समर्था कि पच्ची मिटर हाँ की पता करना है गिलासा की गिनती गिलासा की संख्या आप ਪਤਾ ਕਰਨੀ ਹੈ ਤਾਂ ਕੀ ਕਰਾਂਗੇ ਇਹਨਾਂ ਦੀ ਵੰਡ ਕਰਾਂਗੇ 4500 ਨੂੰ 25 ਨਾਲ ਵੰਡ ਕਰਾਂਗੇ ਆਓ ਵੰਡ करिए 25 ਬਾਹਰ ਭਾਜਕ 4500 ਹੋ ਗਿਆ ਆਪਣੇ ਕੋਲੇ 5 ਫਲ 25 ਦਾ ਕਰਦੇ ਹਾਂ ਪਹਾੜਾ ਕਰੋ 25 1 25 5 ਚੋਂ 5 ਘਟਾਏ 0 4 ਚੋਂ 2 ਘਟਾਏ 2 1 0 ਨੀਚੇ हूँ पच्ची का पहाड़ा फिर पढ़ो किन्ने दो सौ आ रहा है पच्ची आठा जो तो पहाड़ा पढ़ोंगे तो पच्ची आठा 200, 200 दो सौ दो सौ चौ दो सौ घटाया जीरो आ जीरो चली गई उपर तो अपने को वंडन तो बाद की आ गया एक सौ अस्सी तो यह मतलब जो पंताली सौ मि लीटर दही है पच्ची मिली वाले किन्ने गलासा के भरया जाना है 180 ਗਲਾਸਾਂ ਦੇ ਵਿੱਚ ਭਰਿਆ ਜਾਣਾ ਹੈ ਤਾਂ ਇਹ ਆ ਦੋਸਤੋ ਆਪਣਾ ਸੰਖਿਆਮਾ ਦਾਈ દੈਨਿਕ ਜੀਵਨ ਵਿੱਚ ਵਰਤੋ ਬੱਚਿਓ ਪਿਛਲੇ ਪਾਰਟ ਜੋ ਆਪਾਂ ਗੱਲ ਕੀਤੀ ਸੀ ਆਪਾਂ ਸੰਖਿਆਮਾ ਦੀ ਪ੍ਰੈਕਟੀਕਲ ਲਾਈਫਸ ਵਰਤੋਂ ਦੀ ਗੱਲ ਕੀਤੀ ਸੀ ਆਪਣੀ ਆਮ ਜ਼ਿੰਦਗੀ ਦੇ ਵਿੱਚ ਸੰਖਿਆਮਾ ਕਿੱਥੇ ਵਰਤੀਆਂ ਜਾਂਦੀਆਂ ਆਪਾਂ ਉਸ ਦੀ ਗੱਲ ਕੀਤੀ ਸੀ ਬੱਚਿਓ ਅੱਜ ਜੋ ਮੈਂ ਉਹਨਾਂ ਗੱਲ ਕਰਨ ਜਾ ਰਿਹਾ ਇੱਥੇ ਜੋ ਮੈਂ ਗੱਲ ਕਰਨ ਜਾ ਰਿਹਾ ਇਸ ਪਾਰਟ ਦੇ ਵਿੱਚ ਉਹ ਮੈਂ ਗੱਲ ਕਰਨ ਜਾ ਰਿਹਾ ਬ੍ਰੈਕਟਾਂ ਦੀ ਵਰਤੋਂ ਦੀ ਕਿਉਂਕਿ ਮੈਥ ਦੇ ਵਿੱਚ ਜਦੋਂ ਆਪਾਂ ਕੈਲਕੂਲੇਸ਼ਨ ਕਰਨੀ ਹੈ ਆਪਣੀ ਜ਼ਿੰਦਗੀ ਦੇ ਵਿੱਚ ਸਮੱਸਿਆਵਾਂ ਨੂੰ ਹੱਲ ਕਰਨਾ ਹੈ ਬੱਚਿਓ ਤਾਂ ਆਪਾਂ ਨੂੰ ਬ੍ਰੈਕਟਸ ਦੀ ਬਹੁਤ ਜ਼ਰੂਰਤ ਪੈਂਦੀ ਹੈ ਕਿਉਂਕਿ ਬ੍ਰੈਕਟ ਦਾ ਮਤਲਬ ਇਹ ਹੁੰਦਾ ਸਭ ਤੋਂ ਪਹਿਲਾਂ ਅਗਰ ਕਿਸੇ ਸਮੀਕਰਨ ਦੇ ਵਿੱਚ ਸਵਾਲ ਦੇ ਵਿੱਚ ਬ੍ਰੈਕਟ ਆ ਗਈ ਨਾ ਤਾਂ ਆਪਾਂ ਪਹਿਲਾਂ ਬ੍ਰੈਕਟ ਨੂੰ ਹੱਲ ਕਰਾਂਗੇ ਇਹ ਸਭ ਤੋਂ ਪਹਿਲਾ ਰੂਲ ਹੈ ਬੱਚਿਓ ਹੁਣ ਕਿਵੇਂ ਕਰਾਂਗੇ ਆਪਾਂ ਕੁਝ ਉਦਾਹਰਨ ਲੈ ਕੇ ਬੱਚਿਓ ਇਸ ਤੇ ਵਰਕ ਕਰ ਰਹੇ ਆ ਮੈਂ ਇੱਕ ਉਦਾਹਰਨ ਲੈ ਰਿਹਾ ਛੋਟੀ ਜੀ 4 7 5 ਮੰਨ ਲਓ ਇਹ ਆ ਗਿਆ ਨੋ ਡਾਊਟ ਆਪਾਂ ਇਹਨੂੰ ਘਟਾ ਕੇ ਹੱਲ ਕਰ ਸਕਦੇ ਆ ਦੇਖੋ ਇੱਕ ਤਰੀਕਾ ਤਾਂ ਬੱਚਿਓ ਕੀ ਹੋ ਗਿਆ ਪਹਿਲਾਂ ਬ੍ਰੈਕਟ ਹੱਲ ਕਰੋ 7 ਚੋਂ 5 ਘਟਾਏ 2 4 ਦੋਨੇ 8 ਹੈਨਾ ਦੂਜਾ ਤਰੀਕਾ ਇਹਦਾ ਕੀ ਹੋ ਗਿਆ ਜਦੋਂ ਮੈਂ ਦੂਸਰੇ ਤਰੀਕੇ ਦੀ ਗੱਲ ਕਰਨਾ ਤਾਂ ਬੱਚਿਓ ਆਪਾਂ ਕੀ ਕਰਦੇ ਹੁੰਨੇ ਆ ਕਿਉਂਕਿ ਆ ਦੋਨੇ ਰਕਮਾਂ ਬ੍ਰੈਕਟ 'ਚ ਐ ਆ ਇਸ ਚੋਂ ਕੀ ਪੀਏ ਬਾਹਰ ਪਈ ਐ ਤਾਂ ਪਹਿਲਾਂ ਇਹਦੀ ਇਹਦੇ ਨਾਲ ਗੁਣਾ ਕਰੋ ਕਿਉਂਕਿ ਇਹਦੀ ਗੁਣਾ ਦੋਹਾਂ ਦੇ ਨਾਲ ਐ 4 ਦੀ ਗੁਣਾ 7 ਦੇ ਨਾਲ ਉਦੋਂ ਬਾਅਦ ਬੱਚਿਓ ਨਿਸ਼ਾਨ ਮਾਈਨਸ ਦਾ ਹਉਮੇਦਾਂੋਂ ਮੈਂ ਫੇਰੇ ਬਾਹਰਲੀ ਦੀ ਰਕਮ ਅੰਦਰ ਲੈ ਨਾਲ 4 ਦੇ ਗੁਣਾ ਬੱਚਿਓ 5 ਨਾਲ ਤਾਂ ਦੇਖੋ 7 ਚੋਕਾ 28 5 ਚੋਕਾ 20 28 ਚੋਂ 20 ਘਟਾਏ ਬੱਚਿਓ ਕਿੰਨਾ ਆ ਗਿਆ 8 ਆ ਗਿਆ ਤਾਂ ਦੇਖੋ ਦੋਨੋਂ ਕੇਸਿਸ ਦੇ ਵਿੱਚ ਬੱਚਿਓ ਆਪਣਾ ਆਨਸਰ ਕੀ ਐ ਸੇਮ ਆਦਾ ਇੱਥੇ ਥੋੜਾ ਜਿਹਾ ਫਰਕ ਕੀ ਪੈ ਗਿਆ ਕੈਲਕੂਲੇਸ਼ਨ ਸੌਖੀ ਹੋਗੀ ਇੱਥੇ ਕੀ ਹੋ ਗਿਆ ਥੋੜਾ ਜਿਹਾ ਕੈਲਕੂਲੇਸ਼ਨ ਆਪਣੀ ਵੱਧ ਗਈ ਲੇਕਿਨ ਮੇਨ ਮਕਸਦ ਜੋ ਹੈ ਇਸ ਲੈਕਚਰ ਚ ਮੇਰਾ ਸਿਖਾਣ ਦਾ ਆਪਾਂ ਬ੍ਰੈਕਟ ਨੂੰ ਕਿਵੇਂ ਵਰਤਣਾ ਹੈ ਇਸ ਅਕੋਰਡਿੰਗ ਬ੍ਰੈਕਟ ਨੂੰ ਕਿਵੇਂ ਵਰਤਣਾ ਹੈ ਮੇਰਾ ਮਕਸਦ ਬੱਚਿਓ ਉਹ ਹੈ ਤੁਹਾਨੂੰ ਸਿਖਾਣ ਦਾ ਫਿਰ ਉਦਾਹਰਨ ਮੈਂ ਇੱਕ ਹੋਰ ਲੈ ਕੇ ਚੱਲ ਰਿਹਾ 9 ਦੀ ਗੁਣਾ ਕੀਤੀ b 5 ਦੇ ਨਾਲ ਤਾਂ ਬੱਚਿਓ ਫਿਰ ਆਪਾਂ ਕੀ ਕਰਾਂਗੇ ਜੋ ਬ੍ਰੈਕਟ ਖੋਲਾਂਗੇ ਬ੍ਰੈਕਟ ਖੋਲਣੀ ਸਿਖਾ ਰਿਆਂ 9 ਦੀ ਗੁਣਾ ਕਿੰਨੀ ਬੱਚਿਓ 20 ਨਾਲ ਪਲੱਸ 9 ਦੀ ਗੁਣਾ ਫਿਰ ਕਿਹ ਨਾਲ ਹੋਗੀ 5 ਨਾਲ 9 ਦੁਨੀ 18 1 0 ਓਮੇ ਦੀ ਓਮੇ 9 5 45 ਇਹਨੂੰ ਇਹਦੇ ਵਿੱਚੋਂ ਜੋੜੋ ਤਾਂ ਜੋੜ ਕੇ ਬੱਚਿਓ ਕੀ ਆ ਜਾਂਦਾ 225 ਤਾਂ ਜੋੜਨ ਦੇ ਲਈ ਤੁਹਾਨੂੰ ਪਤਾ ਹੈ ਤੁਸੀਂ ਕਾਲਮ ਵਾਲੀ ਵਿਧੀ ਵੀ ਕੀਤੀ ਹੋਈ ਹੈ ਖੜਮੇ ਲੋਟ 0 5 8 4 12 1 ਹਸਲ ਠੀਕ ਹੈ ਨਹੀਂ ਆਪਾਂ ਸਿੱਧਾ ਵੀ ਕਰ ਸਕਦੇ ਆ ਅਖੀਰਲੇ ਤੇ ਅਖੀਰਲਾ ਜੋੜੋ 0 5 5 8 4 8 4 12 2 ਹਸਲ ਲਿਖ ਆ ਇਕੱਲਾ ਬਚ ਗਿਆ ਕਿਉਂਕਿ ਉਹਦੇ ਤੇ ਜੰਕ ਨਹੀਂ ਹੈਗਾ 1 ਤੇ 1 2 ਤਾਂ ਤੁਹਾਡੀ ਮਰਜ਼ੀ ਹੈ ਬੱਚਿਓ ਤੁਸੀਂ ਡਾਇਰੈਕਟ ਵੀ ਇਹਨੂੰ ਜੋੜ ਸਕਦੇ ਹੋ ਅਗਰ ਤੁਹਾਨੂੰ ਲੱਗਦਾ ਤੁਹਾਨੂੰ ਆਏ ਸਮੱਸਿਆ ਆ ਰਹੀ ਹੈ ਤੁਸੀਂ ਇਸ ਨੂੰ ਇਸ ਅਕੋਰਡਿੰਗ ਵੀ ਜੋੜ ਸਕਦੇ ਹੋ ਹੁਣ ਮੈਂ ਕੁਝ ਹੋਰ ਉਦਾਹਰਣ ਲੈ ਰਿਹਾ ਦੇਖੋ ਇੱਥੇ ਤਾਂ ਆਪਾਂ ਕੀ ਕੀਤਾ ਹੋਇਆ ਸੀ ਬੱਚਿਓ ਬ੍ਰੈਕਟ ਦੇ ਰੱਖੀ ਸੀ ਪਰ ਅਗਰ ਬ੍ਰੈਕਟ ਨਹੀਂ ਦਿੱਤੀ ਹੋਈ ਆਪਣੇ ਕੋਲ ਆ ਗਿਆ 7 102 7 102 ਤਾਂ ਆਪਾਂ ਇਹਨੂੰ ਕਿਵੇਂ ਹੱਲ ਕਰਾਂਗੇ ਤਾਂ ਆਪਣੀ ਫਿਰ ਕੋਸ਼ਿਸ਼ ਬੱਚਿਓ ਕੀ ਰਹਿੰਦੀ ਹੈ 102 ਬਹੁਤ ਵੱਡੀ ਨੰਕਾ ਮੈਂ ਲੇਕਿਨ ਆਪਾਂ ਨੂੰ ਪਤਾ ਹੈ 100 ਦੇ ਨਜ਼ਦੀਕ ਹੈ ਤਾਂ ਇਹਨੂੰ ਆਪਾਂ 100 ਦੇ ਹਿਸਾਬ ਨਾਲ ਲਿਖਾਂਗੇ ਤਾਂ 100 ਦੇ ਹਿਸਾਬ ਨਾਲ ਬੱਚਿਓ ਆਪਾਂ ਇਹਨੂੰ ਕੀ ਲਿਖ ਸਕਦੇ ਹਾਂ 100 2 100 2 ਤਾਂ ਫਿਰ ਉਸ ਤੋਂ ਬਾਅਦ ਓਮੀ ਕਿਉਂਕਿ 7 ਦੇ ਗੁਣਾ 102 ਨਾਲ ਹੈ ਤੇ ਜੇ ਉਹ 102 ਨਾਲ ਹੈ ਤਾਂ 102 ਨੂੰ ਜਿੰਮੇ ਵੀ ਲਿਖਾਂਗੇ ਉਹ ਹਰੇਕ ਰਕਮ ਦੇ ਨਾਲ 7 ਦੀ ਕੀ ਹੋਣੀ ਹੈ ਗੁਣਾ ਹੋਣੀ ਹੈ ਤਾਂ 7 ਨੂੰ ਆਪਾਂ ਬੱਚਿਓ ਫਿਰ ਕੀ ਕੀਤਾ ਪਹਿਲਾਂ 100 ਨਾਲ ਗੁਣਾ ਕੀਤੀ ਫਿਰ ਆਪਾਂ 7 ਨੂੰ 2 ਨਾਲ ਗੁਣਾ ਕੀਤੀ 7 1 7 2 0 7 2 14 ਤੇ ਜੋੜ ਕੇ ਬੱਚਿਓ ਆਪਣੇ ਕੋਲ ਕਿੰਨਾ ਆ ਗਿਆ 700 ਚਾਹਤਾ ਹੋਰ ਦੇਖੋ ਬੱਚਿਓ ਕਿਉਂਕਿ ਇਹ ਬਹੁਤ ਇੰਪੋਰਟੈਂਟ ਚੀਜ਼ ਹੈ ਅਗਲੀਆਂ ਕਲਾਸਾਂ ਦੇ ਵਿੱਚ ਹੱਲ ਕਰਨ ਦੇ ਲਈ ਕੁਝ ਤਾਂ ਨੂੰ ਹੱਲ ਕਰਨ ਦੇ ਲਈ ਤੇ ਮੈਂ ਕੁਝ ਖੁਦਾਰਨਾ ਬੱਚਿਓ ਹੋਰ ਲੈ ਰਿਹਾ ਹੁਣ ਮੈਂ ਲਿਖ ਲਿਆ ਜਿਵੇਂ 9 98 98 ਲਿਖ ਲਿਆ ਨਾ ਤਾਂ ਦੇਖੋ ਧਿਆਨ ਨਾਲ 98 ਨੂੰ ਬੱਚਿਓ ਆਪਾਂ ਕੀ ਲਿਖ ਸਕਦੇ ਹਾਂ 100 2 ਤਾਂ ਜਦੋਂ ਆਪਾਂ 9 ਦੀ 100 ਨਾਲ ਗੁਣਾ ਕਰਾਂਗੇ ਤਾਂ ਇਹ ਹੋ ਗਿਆ 9 100 ਹੁਣ ਆਪਾਂ 9 ਦੀ ਗੁਣਾ ਕੀਤੀ 2 ਨਾਲ 9 2 9 1 9 2 0 9 2 18 ਤੇ 900 ਦੇ ਵਿੱਚੋਂ 18 ਘਟਾਵਾਂਗੇ ਬੱਚਿਓ ਮੈਂ ਤੁਹਾਨੂੰ ਘਟਾ ਕੇ ਦਿਖਾਣਾ ਆਪਾਂ ਨੂੰ ਪਤਾ ਹੈ 0 'ਚ 8 ਨਹੀਂ ਘਟਦਾ ਤੇ ਤੁਹਾਨੂੰ ਮੈਂ ਐਕਟੀਵਿਟੀ ਦੱਸੀ ਹੋਈ ਹੈ ਉਹ ਇਹਦੇ ਕੋਲ ਗਿਆ ਇਹਦੇ ਕੋਲ ਵੀ ਨਹੀਂ ਹੈਗਾ ਇਹਦੇ ਕੋਲ ਗਿਆ ਇਹਨੇ ਇਹਨੂੰ ਇੱਕ ਉਧਾਰਾ ਦਿੱਤਾ ਤਾਂ ਇਹਦੇ ਕੋਲੇ 8 ਰਹਿ ਗਏ ਬੱਚਿਓ ਇਹਦੇ ਕੋਲ ਕੀ ਹੋਗੇ 10 ਹੁਣ ਇਹਦੇ ਕੋਲੇ ਲੈਂ ਆਇਆ ਇੱਕ ਇਹਨੇ ਉਧਾਰਾ ਦਿੱਤਾ 9 ਇਹਦੇ ਕੋਲ ਕਿੰਨੇ ਹੋਗੇ ਬੱਚਿਓ 10 ਤਾਂ 10 ਚੋਂ 8 ਘਟਾਏ 2 9 ਚੋਂ 1 ਘਟਾਈ 8 8 ਹੋਮੇ 2 ਮੇ ਤਾਂ ਜਦੋਂ ਆਪਾਂ ਬੱਚਿਓ ਘਟਾਅ ਕੀਤਾ ਆਪਣੇ ਕੋਲ ਕਿੰਨਾ ਆ ਗਿਆ 882 ਤਾਂ ਐਸੇ ਬੱਚਿਓ ਆਪਣੇ ਕੋਲੇ ਇੱਕ ਦੋ ਕੁਐਸਚਨਸ ਮੈਂ ਥੋੜਾ ਜਾ ਕੈਲਕੂਲੇਸ਼ਨ ਨੂੰ ਵੱਡੀ ਕਰ ਰਿਹਾ ਸੰਖਿਆਵਾਂ ਨੂੰ ਥੋੜਾ ਜਾ ਵੱਡੇ ਰੂਪ ਚ ਕਰ ਰਿਹਾ ਇਸ ਨੂੰ ਹੋਰ ਕਲੀਅਰ ਕਰਨ ਦੇ ਲਈ ਤਾਂ ਬੱਚਿਓ ਆਪਰੇ ਕੋਲ ਇੱਕ ਉਦਾਹਰਨ ਹੋਰ ਹੈ 17 ਗੁਣਾ 109 ਤਾਂ ਦੇਖੋ ਧਿਆਨ ਨਾਲ 109 ਨੂੰ ਆਪਾਂ ਕਿਉਂਕਿ 17 ਛੋਟੀ ਰਕਮ ਹੈ 109 ਨੂੰ ਆਪਾਂ ਕਿਵੇਂ ਲਿਖ ਸਕਦੇ ਆ 100 ਪਲੱਸ 9 ਤਾਂ ਫਿਰ ਬੱਚਿਓ ਹੁਮੀ 17 ਦੀ ਗੁਣਾ ਕਿਹਦੇ ਨਾਲ ਕੀਤੀ ਆਪਾਂ 100 ਨਾਲ ਪਲੱਸ ਹੁਮੀ ਦਾ ਹੁਮੀ ਹੁਣ ਬੱਚਿਓ ਆਪਾਂ 17 ਦੀ ਗੁਣਾ ਕਿੰਨੇ ਨਾਲ ਕੀਤੀ 9 ਨਾਲ 17 1 17 100 17 ਦੀ 9 ਨਾਲ ਗੁਣਾ ਕਰੋ 17 ਦਾ ਪਹਾੜਾ ਤੁਹਾਨੂੰ ਸਾਰਿਆਂ ਨੂੰ ਆਉਂਦਾ ਬੱਚਿਓ 153 ਹੁਣ ਜਦੋਂ ਆਪਾਂ ਇਹਨਾਂ ਨੂੰ ਜੋੜਾਂਗੇ ਬੇਟਾ 0 ਤੇ 3 3 0 ਤੇ 5 5 7 ਤੇ 1 8 1 ਤਾਂ ਆਪਣੇ ਕੋਲ ਕਿੰਨਾ ਆਂਸਰ ਆ ਗਿਆ 1853 ਇਹਦਾ ਕੀ ਆ ਗਿਆ ਆਂਸਰ ਆ ਗਿਆ ਇਹ ਤਾਂ ਸੀ ਇੱਕ ਰਕਮ ਦੀ ਇੱਕ ਰਕਮ ਨਾਲ ਮਤਲਬ ਇੱਕ ਬ੍ਰੈਕਟ ਹੱਲ ਕਰ ਰਹੇ ਸੀ ਲੇਕਿਨ ਬੱਚਿਓ ਅਗਰ ਕੁਐਸਚਨ ਆ ਗਿਆ ਦੋ ਬ੍ਰੈਕਟ ਵਾਲਾ 102 103 ਹੁਨੇ ਆ ਗਿਆ ਇਨੂੰ ਕਿਵੇਂ ਹੱਲ ਕਰੋਗੇ ਇਹਨੂੰ ਆਪਾਂ ਅਗਰ ਇੱਕ ਬ੍ਰੈਕਟ ਦੇ ਵਿੱਚ ਹੱਲ ਕਰਨਾ ਹੈ ਤਾਂ ਦੇਖੋ ਇਹਨੂੰ ਆਪਾਂ 100 2 ਲਿਖ ਕੇ 2 ਆਪਾਂ ਆ ਵੀ ਕਰ ਸਕਦੇ ਆ ਇਹਨੂੰ ਆਪਾਂ ਦੋ ਤਿੰਨ ਤਰੀਕਿਆਂ ਨਾਲ ਕਰਦੇ ਆ ਤਾਂ ਕਿ ਤੁਹਾਨੂੰ ਜਲਦੀ ਕਲੀਅਰ ਹੋ ਜਾਏ ਮੈਂ ਪਹਿਲਾਂ ਇੱਕ ਤਰੀਕੇ ਨਾਲ ਕਰ ਰਿਹਾ ਮੈਂ ਕੀ ਕੀਤਾ ਮੈਂ 102 ਨੂੰ ਤੋੜਤਾ 100 ਤੇ 2 ਦੇ ਵਿੱਚ ਠੀਕ ਹੋ ਗਿਆ ਹੁਣ ਆਪਾਂ ਕੀ ਕਰਾਂਗੇ ਫਿਰ ਗੁਣਾ ਕਰਨੀ ਹੈ ਫਰਕ ਕੀ ਪੈ ਗਿਆ ਇੱਥੇ ਗੁਣਾ ਪਹਿਲੇ ਨੰਬਰ ਤੇ ਹੈ ਤੇ ਇਸ ਗੁਣਾ ਕਿਸ ਚਾਗੀ ਦੂਜੇ ਨੰਬਰ ਚ ਕੋਈ ਗੱਲ ਨਹੀਂ ਇਹਦੀ ਗੁਣਾ ਪਹਿਲਾਂ ਇਹਦੇ ਨਾਲ ਫਿਰ ਇਹਦੀ ਗੁਣਾ ਇਹਦੇ ਨਾਲ ਤਾਂ ਬੱਚੋ ਆਪਣੇ ਕੋਲ ਕੀ ਬਣ ਗਿਆ ਪਹਿਲਾਂ 100 ਦੀ ਗੁਣਾ 103 ਨਾਲ ਕਿਉਂਕਿ ਬ੍ਰੈਕਟ ਦੇ ਬਾਹਰ ਹੈ ਫਿਰ 2 ਦੀ ਗੁਣਾ 103 ਦੇ ਨਾਲ 103 ਦੀ 1 ਨਾਲ ਗੁਣਾ ਕੀਤੀ 103 2 ਜ਼ੀਰੋਆਂ ਓਮੇ ਦੀਆਂ ਓਮੇ ਪਲੱਸ ਇਹਦੇ ਨਾਲ ਗੁਣਾ ਕੀਤੀ 206 ਤਾਂ ਜਦੋਂ ਆਪਾਂ ਇਹਨੂੰ ਜੋੜਿਆ ਬੱਚਿਓ ਆਪਣੇ ਕੋਲੇ ਆ ਗਿਆ 10 506 ਇਹ ਹੋ ਗਿਆ ਇਹਦਾ ਇੱਕ ਤਰੀਕਾ ਜਿਹਦੇ ਵਿੱਚ ਮੈਂ ਕੀ ਕੀਤਾ ਸੀ ਮੈਂ ਬੱਚਿਓ 102 ਨੂੰ ਤੋੜਿਆ ਸੀ ਹੈਨਾ ਤਾਂ ਹੁਣ ਕਿਉਂਕਿ ਇਹ ਥੋੜੀ ਮਰਜ਼ੀ ਹੈ ਤੁਸੀਂ ਕਿਵੇਂ ਕਰਨਾ ਹੈ ਤੁਸੀਂ ਕਿਨੂੰ ਤੋੜਨਾ ਹੈ ਗੱਲ ਤਾਂ ਆਪਾਂ ਬ੍ਰੈਕਟਸ ਹੀ ਕਰਨੀ ਹੈ ਦੂਜੇ ਜਾਂ ਦੀ ਆਪਸ਼ਨ ਦੇ ਵਿੱਚ ਕੀ ਕੀਤਾ ਬੱਚਿਓ ਫਿਰ ਮੈਂਨੇ ਮੈਂ ਹੁਣ ਅਗਲੇ ਦੇ ਵਿੱਚ 103 ਨੂੰ ਤੋੜ ਰਿਹਾ ਤਾਂ 103 ਹੋ ਗਿਆ ਆਪਣੇ ਕੋਲੇ 100 3 ਹੈਨਾ ਤਾਂ 102 ਦੀ ਪਹਿਲਾਂ 100 ਨਾਲ ਗੁਣਾ 102 ਦੀ 100 ਨਾਲ ਗੁਣਾ ਫਿਰ 102 ਦੀ 3 ਨਾਲ ਗੁਣਾ 3 ਨਾਲ ਗੁਣਾ 102 1 102 2 0 ਇਹਦੀ ਗੁਣਾ ਕੀਤੀ 306 ਤੇ ਜਦੋਂ ਜੋੜਿਆ ਬੱਚਿਓ ਆਪਣੇ ਕੋਲ ਲਿਖਿਆ ਆ ਗਿਆ 10506 ਆਨਸਰ ਤੇ ਕੋਈ ਫਰਕ ਨਹੀਂ ਪੈਂਦਾ ਇੱਕ ਤਰੀਕਾ ਹੋਰ ਵੀ ਹੈ ਹੁਣ ਇਹਦਾ ਜੋ ਆਪਾਂ ਗੱਲ ਕਰਨੀ ਹੈ ਇੱਥੇ ਤਾਂ ਆਪਾਂ ਬੱਚਿਓ ਇੱਕ ਇੱਕ ਰਕਮ ਤੋੜੀ ਸੀ ਚਾਹੇ ਮੈਂ ਪਹਿਲੀ ਤੋੜੀ ਹੈ ਚਾਹੇ ਆਪਾਂ ਦੂਸਰੀ ਰਕਮ ਤੋੜੀ ਹੈ ਲੇਕਿਨ ਹੁਣ ਜਿਹੜੀ ਆਪਾਂ ਗੱਲ ਕਰਾਂਗੇ ਆਪਾਂ ਦੋਨਾਂ ਨੂੰ ਤੋੜਾਂਗੇ ਕਿਵੇਂ 102 ਨੂੰ ਆਪਾਂ ਲਗ ਲਗ ਕੀਤਾ ਦੋ ਸੰਖਿਆਵਾਂ ਵਿੱਚ ਉਹ ਹੋ ਗਿਆ 100 2 103 ਨੂੰ ਕੀਤਾ 100 3 ਹੁਣ ਇਹਨੂੰ ਕਿਵੇਂ ਹੱਲ ਕਰਾਂਗੇ ਫਰਕ ਕੀ ਸੀ ਇੱਥੇ ਇੱਕ ਹੀ ਰਕਮ ਸੀ ਇੱਕ ਰਕਮ ਦੋ ਨਾਲ ਗੁਣਾ ਹੋ ਰਹੀ ਸੀ ਇੱਕ ਰਕਮ ਦੋ ਨਾਲ ਗੁਣਾ ਹੋ ਰਹੀ ਸੀ ਲੇਕਿਨ ਇੱਥੇ ਦੋ ਰਕਮਾਂ ਦੋ ਦੇ ਨਾਲ ਗੁਣਾ ਹੋ ਰਹੀਆਂ ਨੇ ਠੀਕ ਹੈ ਤਾਂ ਕਿਵੇਂ ਕਰਾਂਗੇ ਤਰੀਕਾ ਦੇਖੋ ਪਹਿਲਾਂ ਪਹਿਲੀ ਰਕਮ ਹੈਨਾ ਆਪਾਂ ਪਹਿਲੀ ਰਕਮ ਨੂੰ ਦੋਹਾਂ ਦੇ ਨਾਲ ਗੁਣਾ ਕਰਾਂਗੇ ਦੇਖੋ 100 ਦੀ 100 ਦੇ ਨਾਲ ਪਲੱਸ 100 ਦੀ 3 ਦੇ ਨਾਲ ਹੋ ਗਿਆ ਪਹਿਲੀ ਰਕਮ ਦੀਆਂ ਦੋ ਨਾਲ ਉਦੋਂ ਬਾਅਦ ਬੱਚੋ ਹੁਣ ਬਾਰੀਆਂ ਕੀ ਦੂਜੀ ਦੀ ਤਾਂ ਇਹਦੀ ਪਹਿਲਾਂ ਇਹਦੇ ਨਾਲ ਫੇਰੇ ਦੀ ਇਹਦੇ ਨਾਲ ਦੋ ਦੀ 100 ਦੇ ਨਾਲ ਦੋ ਦੀ 3 ਦੇ ਨਾਲ 1-1 ਕਮ 1 4 ਜ਼ੀਰੋ 3-1 ਕਮ 3 2 ਜ਼ੀਰੋ 2-1 ਕਮ 2 2 ਜ਼ੀਰੋ 3*2 6 ਤੇ ਜਦੋਂ ਜੋੜ ਕੀਤਾ ਆਪਣੇ ਕੋਲ ਅਨਸਰ ਆ ਗਿਆ 10506 ਤਾਂ ਇਹ ਸੀ ਬੱਚਿਓ ਇਹਨੂੰ ਆਪਾਂ ਤਿੰਨ ਵਿਧੀਆਂ ਨਾਲ ਹੱਲ ਕੀਤਾ ਆਪਾਂ ਚਾਹੇ ਪਹਿਲੀ ਰਕਮ ਨੂੰ ਅਲੱਗ-ਅਲੱਗ ਕਰਤਾ ਦੂਸਰੀ ਰਕਮ ਨੂੰ ਅਲੱਗ-ਅਲੱਗ ਕਰਤਾ ਜਾਂ ਦੋਨੇ ਰਕਮਾਂ ਨੂੰ ਕੀ ਕੀਤਾ